ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੀਡੀਓ ਪਾਉਣ ਦਾ ਜਿਹੜਾ ਮਕਸਦ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਆਲਮੋਸਟ 6-7 ਸਾਲਾਂ ਤੋਂ ਕਬੱਡੀ ਦੇ ਮੈਚਾਂ ਦੇ ਵਿੱਚ ਵੀ ਅਤੇ ਫੇਸਬੁੱਕਾਂ 'ਤੇ ਵੀ ਆਪਾਂ ਟਰੱਕਾਂ ਦੇ ਬੜੇ ਸ਼ੇਅਰ ਪਾਏ ਅਤੇ ਜਿਨ੍ਹਾਂ ਨੂੰ ਤੁਸੀਂ ਬੜਾ ਪਿਆਰ ਸਤਿਕਾਰ ਦਿੱਤਾ। ਸਟਾਰਟਿੰਗ ਜਦੋਂ ਹੋਈ ਹੈ ਬਿਗਿਨਿੰਗ ਦੇ ਵਿੱਚ ਫ੍ਰਿਜ਼ਨੋ ਟੂਰਨਾਮੈਂਟ ਦੇ, ਪਹਿਲਾਂ ਜਿਹੜਾ ਸ਼ੇਅਰ ਆਇਆ ਸੀ ਟਾਟੇ ਬਰਲੇ ਜਿਹਨਾਂ ਨਾਂ ਚੱਲਦਾ ਰੰਡਿਆਲੇ ਵਾਲੇ ਦਾ ਇੱਟੀ 'ਤੇ, ਉਹਨੂੰ ਤੁਸੀਂ ਇੰਨਾ ਪਿਆਰ ਦਿੱਤਾ, ਇੰਨਾ ਸਤਿਕਾਰ ਦਿੱਤਾ, ਉੱਥੋਂ ਪਹਿਚਾਣ ਬਣੀ। ਉੱਥੋਂ ਫਿਰ ਆਪਾਂ ਪੇਜ ਬਣਾਇਆ ਜਾਂ ਆਲਮੋਸਟ 2 ਲੱਖ ਦੇ ਨੇੜ ਜਿਹੜੇ ਫੈਨ ਫੋਲੋਅਰ ਆ ਉਹ ਪੇਜ ਦੇ ਉੱਤੇ, ਅਤੇ ਉਹ ਦੌਰ ਚੱਲਦਾ ਗਿਆ। ਸਾਰੇ ਜਿਵੇਂ ਜਿਵੇਂ ਸ਼ੇਅਰ ਆਈ ਗਏ ਤੁਸੀਂ ਸੁਣੀ ਗਏ, ਪਿਆਰ ਸਤਿਕਾਰ ਦਿੱਤਾ ਸਾਰਿਆਂ ਨੇ, ਅਤੇ ਮੇਰੇ ਕੋਲ ਲਫ਼ਜ਼ ਨਹੀਂ ਤੁਹਾਡਾ ਥੈਂਕ ਯੂ ਕਰਨ ਲਈ ਵੀਰੇ, ਜਿਨ੍ਹਾਂ ਨੇ ਇੰਨੀ ਰਿਸਪੈਕਟ ਦਿੱਤੀ। ਅਤੇ ਹੁਣ ਤੱਕ ਆਪਾਂ ਉਸ ਸ਼ੇਅਰ ਤੋਂ ਲੈ ਕੇ ਹੁਣ ਤੱਕ ਜਿੰਨੇ ਰੀਸੈਂਟਲੀ ਆਏ ਆ, ਅਤੇ ਰੀਸੈਂਟਲੀ ਜਿਹੜਾ ਆਪਾਂ ਬੋਲਿਆ ਕਿ ਮੰਗਣ ਨੂੰ ਕੁਛ ਦਿਲ ਨਹੀਂ ਕਰਦਾ ਰੰਡਿਆਲੇ ਵਾਲਿਆ, ਬਹੁਤ ਕੁਝ ਦਿੱਤਾ ਦਸਵੇਂ ਪਾਤਸ਼ਾਹ ਨੇ। ਇਹ ਸ਼ੇਅਰ ਤੱਕ ਜਿੰਨੇ ਵੀ ਹੁਣ ਤੱਕ ਸ਼ੇਅਰ ਆਏ, ਚਾਹੇ ਆਪਾਂ ਲਾਈਵ ਦੇ ਜ਼ਰੀਏ ਬੋਲੇ ਆ, ਚਾਹੇ ਫੇਸਬੁੱਕ 'ਤੇ ਉੱਦਾਂ ਪਾਏ ਆ, ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ ਆ। ਭਾਵੇਂ ਟਰੱਕਾਂ 'ਤੇ ਗਾਣੇ ਆਏ ਆ, ਉਹਨਾਂ ਨੂੰ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ ਹੈ। ਅਤੇ ਅੱਜ ਜਿਹੜਾ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਕਿ ਅੱਜ ਮੈਂ ਇਸ ਜਿਹੜਾ ਸ਼ੇਰੋ ਸ਼ਾਇਰੀ ਦੀ ਫੀਲਡ ਦੇ ਵਿੱਚੋਂ ਵਾਕਆਊਟ ਕਰ ਰਿਹਾ, ਅਤੇ ਮੇਰੇ ਕੋਲ ਤੁਹਾਡਾ ਥੈਂਕ ਯੂ ਕਰਨ ਲਈ ਲਫ਼ਜ਼ ਨਹੀਂ ਵੀਰੇ। ਇੱਕ ਛੋਟੇ ਮਤਲਬ ਆਪਣੇ ਛੋਟੇ ਭਰਾ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਤੁਸੀਂ ਜਿਹੜੀ ਰਿਸਪੈਕਟ ਦਿੱਤੀ, ਪਿਆਰ ਦਿੱਤਾ, ਮਾਣ ਦਿੱਤਾ, ਉਹ ਲਫ਼ਜ਼ ਮਤਲਬ ਮੈਨੂੰ ਹਮੇਸ਼ਾ ਹੀ ਤੁਹਾਡੇ ਚੇਤੇ ਰਹਿਣਗੇ। ਮੈਂ ਰੇੜੀ ਰਹੂੰਗਾ ਤੁਹਾਡਾ, ਅਤੇ ਟਰੈਕਿੰਗ ਦੇ ਵਿੱਚ ਇੰਨਾ ਪਿਆਰ ਸਤਿਕਾਰ ਕਦੇ ਮੈਂ ਸੋਚਿਆ ਨਹੀਂ ਸੀ ਜਦੋਂ ਮੈਂ ਪਿੰਡੋਂ ਤੁਰਿਆ ਸੀ, ਅਤੇ ਤੁਸੀਂ ਇੱਕ ਜਿਹੜੀ ਪਹਿਚਾਣ ਦਿੱਤੀ ਵੱਖਰਾ ਨਾਲ ਦਿੱਤਾ। ਇਕੱਲਾ ਅਮੈਰੀਕਾ ਦੇ ਵਿੱਚ ਨਹੀਂ, ਜਿੱਥੇ ਜਿੱਥੇ ਵੀ ਪੰਜਾਬੀ ਬੈਠਾ, ਬਾਹਰਲੀਆਂ ਕੰਟਰੀਆਂ ਵਿੱਚ ਭਾਵੇਂ ਇੰਡੀਆ ਦੇ ਵਿੱਚ, ਅਤੇ ਬਹੁਤ ਤੁਸੀਂ ਰਿਸਪੈਕਟ ਦਿੱਤੀ ਆ। ਜਿਹੜੇ ਸ਼ੇਅਰ ਆ ਉਹ ਤੁਹਾਡੇ ਜਿਵੇਂ ਬੋਲਾਂ ਦੇ ਉੱਤੇ ਆਮ ਤੁਹਾਡੇ ਮਤਲਬ ਕਹਿ ਲਈਏ ਫੋਨਾਂ ਦੇ ਵਿੱਚ ਤੁਸੀਂ ਡੱਬ ਕਰਕੇ ਰੱਖੇ ਮੁੰਡੇ ਮਿਲਦੇ ਆ, ਕਿਸੇ ਨੇ ਪੈਨ ਡਰਾਈਵ ਭਰੀ ਹੋਈ ਆ, ਕਿਸੇ ਨੇ ਫੋਨ ਦੇ ਵਿੱਚ ਸੇਵ ਕੀਤੇ ਹੋਏ ਆ, ਅਤੇ ਤੁਸੀਂ ਦੱਸਦੇ ਹੋ ਬਾਈ ਸੁਣੀ ਦੀ ਆ, ਅਤੇ ਮੈਨੂੰ ਖੁਸ਼ੀ ਹੁੰਦੀ ਆ ਕਿ ਯਾਰ ਤੁਸੀਂ ਜਿਹੜੇ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਇਹਨਾਂ ਲਫ਼ਜ਼ਾਂ ਦੀ, ਤੁਸੀਂ ਉਹਨੂੰ ਇੰਨਾ ਪਿਆਰ ਸਤਿਕਾਰ ਦਿੱਤਾ। ਅਤੇ ਅੱਜ ਵੀਰੇ ਮੈਂ ਇਸ ਫੀਲਡ ਦੇ ਵਿੱਚ ਵਾਕਆਊਟ ਕਰ ਰਿਹਾ, ਅਤੇ ਇਹ ਸਮੇਂ ਦੇ ਦੌਰਾਨ ਤੁਹਾਡੀ ਸ਼ਾਨ ਦੇ ਖਿਲਾਫ਼ ਕੋਈ ਉੱਚਾ ਲਈ ਲਫ਼ਜ਼ ਮੈਥੋਂ ਬੋਲਿਆ ਗਿਆ ਹੋਵੇ, ਤਾਂ ਮੈਂ ਉਹਦੇ ਲਈ ਤੁਹਾਡਾ ਦਿਲੋਂ ਤੁਹਾਡੋਂ ਮਾਫ਼ੀ ਚਾਹੁੰਦਾ। ਅਤੇ ਮੈਂ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਕਿ ਅੱਜ ਤੋਂ ਬਾਅਦ ਜਿਹੜਾ ਆਪਣੇ ਸ਼ੇਰੋ ਸ਼ੇਰੀ ਦਾ ਜਿਹੜਾ ਦੌਰ ਆ ਇਹ ਫੀਲਡ 'ਚੋਂ ਮੈਂ ਵਾਕਆਊਟ ਕਰ ਰਿਹਾ, ਅਤੇ ਇਹਨਾਂ ਇਸ ਸਮੇਂ ਦੇ ਵਿੱਚ ਕੋਈ ਉੱਚਾ ਨਹੀਂ ਲਫ਼ਜ਼ ਬੋਲਿਆ, ਤਾਂ ਉਹਦੇ ਲਈ ਮੈਨੂੰ ਮਾਫ਼ੀ ਬਖਸ਼ਿਓ। ਅਤੇ ਜਿਹੜਾ ਤੁਸੀਂ ਪਿਆਰ ਸਤਿਕਾਰ ਦਿੱਤਾ, ਰਿਸਪੈਕਟ ਦਿੱਤੀ, ਸਪੋਰਟ ਕੀਤੀ ਆ, ਸ਼ੇਰਾਂ ਨੂੰ ਲਾਈਕ ਕੀਤਾ, ਸੁਣਿਆ, ਉਹਦੇ ਲਈ ਮੇਰੇ ਕੋਲ ਤੁਹਾਡਾ ਥੈਂਕ ਯੂ ਕਰਨ ਲਈ ਮੇਰੇ ਲਫ਼ਜ਼ ਨਹੀਂ ਗਏ। ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਮਿਹਨਤ ਕਰੋ, ਮੰਜ਼ਲਾਂ ਮਿਣਨਗੀਆਂ, ਸੰਘਰਸ਼ ਵੱਡੇ ਆ, ਤੁਰਨਾ ਪਊਗਾ, ਜ਼ਰੂਰ ਮੰਜ਼ਲਾਂ 'ਤੇ ਪਹੁੰਚੋਗੇ। ਸੋ ਇਹਨਾਂ ਲਫ਼ਜ਼ਾਂ ਤੋਂ ਸਾਰਿਆਂ ਤੋਂ ਮਾਫ਼ੀ ਮੰਗਦਾ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।